ਤੁਸੀਂ ਦੇਖ ਰਹੇ ਹੋ ਦੁਆਬਾ ਟਾਈਮਸ, ਤੁਹਾਡਾ ਮੈਂ ਆਪਣਾ ਗੁਰਪ੍ਰੀਤ ਸਿੰਘ ਬੱਲ। ਅੱਜ ਅਸੀਂ ਜਲੰਧਰ ਦੇ ਮਕਸੂਦਾ ਦੇ ਅਸ਼ੋਕ ਨਗਰ ਮੁਹੱਲਾ ਗਲੀ ਨੰਬਰ 1 'ਚ ਪਹੁੰਚੇ ਹਾਂ, ਜਿੱਥੇ ਕਿ 13 ਸਾਲ ਦੀ ਨਾਬਾਲਿਗ ਲੜਕੀ ਜਿਹੜੀ ਸੀਗੀ ਉਹ ਲਾਪਤਾ ਆ। ਕਰੀਬ 1 ਮਹੀਨੇ ਦਾ ਸਮਾਂ ਹੋ ਚੁੱਕਿਆ ਆ, ਜਿਹਦਾ ਕੋਈ ਵੀ ਹਲੇ ਤੱਕ ਸੁਰਾਗ ਨਹੀਂ ਲੱਗਿਆ। ਅਤੇ ਮਾਤਾ ਜੀ ਨੇ ਦੱਸਿਆ ਕਿ 26/10/2021 ਤੋਂ ਲਾਪਤਾ ਲੜਕੀ, ਅਤੇ ਇਸ ਸੰਬੰਧੀ ਜਿਹੜਾ ਰਿਪੋਰਟ ਵਗੈਰਾ ਜੋ ਵੀ ਆ 1 ਨੰਬਰ ਜਿਹੜੀ ਆ ਡਿਵੀਜ਼ਨ 'ਚ ਦਰਜ ਕਰਾਈ ਆ। ਮਾਮਲਾ ਸਾਰਾ SI ਨਰਿੰਦਰ ਮੋਹਨ ਜੀ ਦੇ ਧਿਆਨ 'ਚ ਆ। ਆਓ ਗੱਲਬਾਤ ਕਰਦੇ ਮਾਤਾ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ। ਹਾਂਜੀ ਮਾਤਾ ਜੀ, ਕੀ ਨਾਂ ਆਪਣਾ? ਤੋਸ਼ੀ। ਮਾਤਾ ਜੀ, ਲੜਕੀ ਦਾ ਕੀ ਨਾਂ ਸੀਗਾ ਜਿਹੜੀ ਲਾਪਤਾ 1 ਮਹੀਨਾ ਹੋ ਗਿਆ? ਤਾਨੀਆ। ਅਤੇ ਕਿੰਨਾ ਸਮਾਂ ਹੋ ਚੁੱਕਾ ਜੀ ਇਸ ਗੱਲ ਨੂੰ? ਇਹ ਪਿਛਲੇ ਮਹੀਨੇ ਦੀ 26 ਤਰੀਕ ਦੇ ਹੋਏ ਜੀ। ਅਤੇ ਰਿਪੋਰਟ ਵਗੈਰਾ ਇਸਦੀ ਕੋਈ ਜਾਣਕਾਰੀ ਸੰਬੰਧਿਤ ਥਾਣੇ ਨਾਲ ਦਿੱਤੀ ਤੁਸੀਂ? ਹਾਂਜੀ, 1 ਨੰਬਰ 'ਚ। ਹਾਂਜੀ। ਕਿਹੜੀ ਤਰੀਕ ਨੂੰ ਦਿੱਤੀ? ਇਹ ਆਪਾਂ 3 ਦਿਨ ਬਾਅਦ ਦਿੱਤੀ ਹੈ। ਅਤੇ ਹੁਣ ਤੱਕ ਸੁਣਵਾਈ ਨਹੀਂ ਹੋਈ ਤੁਹਾਡੀ ਕੋਈ? ਸੁਣਵਾਈ ਨਹੀਂ, 1 ਵਾਰੀ ਆਏ ਨੇ, ਲੇਟ ਮਾਰਿਆ ਉੱਦਣ ਸਾਡੇ ਨਾਲ, ਉਹ ਵੀ ਨਾਲ ਪਿਆ ਅਸੀਂ ਕਰਕੇ ਤਾਂ ਆਏ। ਸਾਨੂੰ ਕੋਈ ਸ਼ੱਕ ਆ ਇਸ ਬਾਰੇ? ਹਾਂਜੀ, ਸ਼ੱਕ ਆ, ਸ਼ੱਕ ਨਹੀਂ ਯਕੀਨ ਆ। ਹਾਂਜੀ, ਦੱਸ ਸਕਦੇ ਉਹਨਾਂ ਬਾਰੇ ਕਿਹੜਾ ਤੇ ਸ਼ੱਕ ਆ ਜੀ? ਕਿੱਦਾਂ? ਉਹ ਲਾਗੇ ਵਿਹੜੇ 'ਚ ਰਹਿੰਦੇ ਸੀ ਕਿਰਾਏ 'ਤੇ। ਰੀਨਾ ਆ, ਬੱਬੋ ਆ, ਦੋਨੇ ਭੈਣਾਂ ਨਾਲ ਹੀ, ਉਹਨਾਂ ਦਾ ਭਰਾ ਦੇ ਨਾਲ ਹੀ ਗਈ ਆ, ਭਰਾ ਉਹਦਾ ਲੈ ਕੇ ਗਿਆ, ਇਹਨਾਂ ਨੇ ਲੈ ਕੇ ਗਏ ਆ। ਪਰ ਜਦੋਂ ਦੀ ਲੜਕੀ ਲਾਪਤਾ ਹੋਈ ਆ ਅਤੇ ਬਾਕੀ ਪਰਿਵਾਰਕ ਮੈਂਬਰ ਉੱਥੇ ਰਹਿ ਰਹੇ ਕਿਰਾਏ 'ਤੇ ਜਾਂ ਚੱਲ ਗਏ ਉਹ ਵੀ? ਉੱਦਣ ਦੇ ਚੱਲ ਗਏ ਆ, ਮੋਬਾਇਲ ਵੀ ਬੰਦ ਕੀਤੇ ਆ। ਹਾਂਜੀ। ਤੁਹਾਨੂੰ ਕੁਛ ਸੂਹ ਵਗੈਰਾ ਕੁਛ ਹੈ ਪਤਾ ਕਿੱਥੇ ਆ ਇਸ ਟਾਈਮ? 1-2 ਵਾਰੀ ਅਸੀਂ ਲਾ ਕੇ ਦੇਖਿਆ ਫੋਨ ਉਹਨਾਂ ਦੇ ਖੁੱਲ੍ਹੇ ਵੀ, ਅਤੇ ਅਸੀਂ ਜਾ ਕੇ ਇਹਨਾਂ ਨੂੰ ਦੱਸਿਆ ਵੀ, ਪ੍ਰਧਾਨ ਨੂੰ ਵੀ, ਨਾਲ ਗੱਲ ਕੀਤੀ ਨਰਿੰਦਰ ਮੋਹਨ ਨਾਲ ਵੀ, ਅਤੇ ਮੋਬਾਇਲ ਵੀ ਭੇਜੇ ਇਹਨਾਂ ਨੇ, ਗਾਲਾ ਵਗੈਰਾ ਬਹੁਤ ਲੜਕੀ ਬਾਰੇ ਪੁੱਠਾ ਸਿੱਧਾ ਬੋਲਿਆ, ਰਿਕਾਰਡਿੰਗ ਵੀ ਸਾਡੇ ਕੋਲ ਆ, ਪਰ ਇਹਨਾਂ ਨੇ ਕੁਛ ਹੀ ਇਹਦੇ ਬਾਰੇ ਗੌਰ, ਇਹਨਾਂ ਦਾ ਫੋਨ ਹੀ ਟਰੇਸ 'ਤੇ ਲਾਉਣ 'ਤੇ ਝੱਟ ਪੜ ਹੋ ਸਕਦਾ, ਇਹ ਕੁਛ ਹੀ ਨਹੀਂ ਕਰ ਰਹੇ। ਅਤੇ ਮਾਤਾ ਜੀ, ਪੁਲਿਸ ਮੁਲਾਜ਼ਮਾਂ ਵੱਲੋਂ ਜਿੱਦਾਂ ਕੋਈ ਮਹੀਨਾ ਸਮਾਂ ਹੋ ਗਿਆ, ਕੁਛ ਕਾਰਵਾਈ ਕੋਈ ਵੀ ਨਹੀਂ ਕੀਤੀ ਹਾਲੇ ਤੱਕ? 1 ਵਾਰੀ ਇਹ ਰਿਪੋਰਟ ਲਿਖੀ ਇਹਨਾਂ ਨੇ, ਦਰਜ ਕੀਤੀ ਘਰ ਆ ਕੇ, ਪਹਿਲਾਂ ਉੱਥੇ ਅਸੀਂ ਕਰਾ ਕੇ, ਇਹ ਦੂਜੇ ਦਿਨ ਆਏ ਆ ਘਰ ਆਣ ਕੇ, ਇਹਨਾਂ ਰਿਪੋਰਟ ਲਿਖੀ, ਫਿਰ ਉਸ ਤੋਂ ਬਾਅਦ ਅਸੀਂ ਸੱਦਿਆ, 3 ਵਾਰੀ ਅਸੀਂ ਗਏ ਹਾਂ, ਅਤੇ ਆਏ ਸਾਡੇ ਘਰ, ਇਹ ਨਾਲ ਗਏ, ਕਹਿੰਦੇ ਕਿ ਜਾ ਕੇ ਤੁਸੀਂ ਰੇਟ ਕਰੋ, ਫਿਰ ਰੇਟ ਕੀਤਾ ਇਹਨਾਂ ਨੇ, ਉੱਥੇ ਕੋਈ ਨਹੀਂ ਮਿਲਿਆ, ਉਹਦਾ ਭਰਾ ਸੀ, ਕਹਿੰਦਾ ਅਸੀਂ ਉਹਨੂੰ ਨਹੀਂ ਖੜ ਸਕਦੇ, ਕਿਉਂ ਉਹਦੀ ਕੋਈ ਗਲਤੀ ਨਹੀਂ ਆ, ਪਿੰਡ ਵਾਲੇ ਉਹਨੂੰ ਖੜਨੇ ਨੇ। ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਆ, ਲੜਕੀ ਨੂੰ ਲੱਭਿਆ ਜਾਵੇ ਜਲਦ? ਹਾਂਜੀ, ਜਲਦ ਤੋਂ ਜਲਦ ਮੇਰੀ ਬੇਟੀ ਮੇਰੇ ਹਵਾਲੇ ਕੀਤੀ ਜਾਵੇ, ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਠੀਕ ਹੈ ਜੀ। ਇਹ ਸਨ ਲੜਕੀ ਦੇ ਮਾਤਾ ਜੀ ਤਾਨੀਆ ਦੇ, ਜਿਹਨੇ ਦੱਸਿਆ ਕਿ ਲੜਕੀ ਜੋ ਤਕਰੀਬਨ ਜਿਹੜੀ 1 ਮਹੀਨੇ ਦਾ ਸਮਾਂ ਹੋ ਚੁੱਕਾ ਆ ਅਤੇ ਕੁਛ ਵੀ ਸੁਰਾਗ ਨਹੀਂ ਲੱਗ ਰਿਹਾ, ਨਾਬਾਲਿਗ ਲੜਕੀ ਹੈ, 13 ਸਾਲ ਉਮਰ ਹੈ ਕਰੀਬ, ਅਤੇ ਪ੍ਰਸ਼ਾਸਨ ਤੋਂ ਵੀ ਇਹੀ ਮੰਗਿਆ ਕਿ ਜਲਦ ਤੋਂ ਜਲਦ ਜਿਹੜੀ ਕਾਰਵਾਈ ਕੀਤੀ ਜਾਵੇ, ਲੜਕੀ ਨੂੰ ਲੱਭਿਆ ਜਾਵੇ। ਤੁਸੀਂ ਦੇਖ ਰਹੇ ਹੋ ਦੁਆਬਾ ਟਾਈਮ।